ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਅਤੇ ਨਿਰਪੱਖ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸਿਰਫ ਪੰਜਾਬ ਭਰ ਵਿੱਚ ਹੀ ਨਹੀਂ, ਦੇਸ਼ ਭਰ ਵਿੱਚ ਹੀ ਨਹੀਂ, ਬਲਕਿ ਦੁਨੀਆ ਭਰ ਦੇ ਵਿੱਚ ਢੇਰ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ। ਹਰ ਕੋਈ ਆਪਣੇ ਸ਼ਰਧਾ ਦੇ ਹਿਸਾਬ ਦੇ ਨਾਲ ਅੱਗੇ ਵੱਧ ਰਿਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ। ਅਤੇ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ, ਜਿੱਥੇ ਕਿ ਅਸੀਂ ਮੌਜੂਦ ਹਾਂ ਉੱਥੇ ਦੇ ਵਾਈਸ ਚਾਂਸਲਰ ਡਾਕਟਰ ਪ੍ਰਿਤਪਾਲ ਸਿੰਘ ਜੀ ਦੇ ਨਾਲ। ਅਤੇ ਜਾਣਦੇ ਹਾਂ ਉਹਨਾਂ ਤੋਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਇਸ ਯੂਨੀਵਰਸਿਟੀ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਸਾਰ ਦੇ ਵਿੱਚ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ। ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਇਹ ਮੌਕਾ ਮਿਲਿਆ ਹੈ ਇਸ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ। ਅਤੇ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਕਿਹਾ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਸੋ ਉਸ ਤਰ੍ਹਾਂ ਦੀ ਜਿਹੜੀ ਧੁੰਦ ਦੀ ਗੱਲ ਕਰਦੇ ਆ, ਅਗਿਆਨ ਦੀ ਧੁੰਦ ਆ, ਉਹ ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਉਸੇ ਤਰ੍ਹਾਂ ਹੀ ਸਾਨੂੰ ਉਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਗੁਰੂ ਸਾਹਿਬ ਦੇ ਟਾਈਮ 'ਤੇ ਸੀਗੀਆਂ, ਉਸ ਤਰ੍ਹਾਂ ਦੀਆਂ ਸਮੱਸਿਆਵਾਂ ਹੀ ਅਸੀਂ ਅੱਜ ਵੀ ਫੇਸ ਕਰ ਰਹੇ ਹਾਂ। ਸੋ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅੱਜ ਵੀ ਉਨੀਆਂ ਸਾਰਥਕ ਹਨ ਜਿੰਨੀਆਂ ਉਹਨਾਂ ਦੇ ਸਮੇਂ ਸੀ, ਕਿਉਂਕਿ ਜੋ ਬਾਣੀ ਆ ਉਹ ਕਾਲ ਤੋਂ ਰਹਿਤ ਹੈ ਅਤੇ ਇਹ ਸਿੱਖਿਆਵਾਂ ਹਮੇਸ਼ਾ ਸਾਰਥਕ ਰਹਿਣਗੀਆਂ। ਅਤੇ ਇਸ ਗੱਲ ਦੀ ਖੁਸ਼ੀ ਹੈ ਕਿ ਪੂਰਾ ਜਗਤ ਬਿਨਾਂ ਕਿਸੇ ਬਾਉਂਡਰੀਜ਼ ਤੋਂ ਜਾਂ ਬਿਨਾਂ ਧਰਮ ਦੇ ਭੇਦਭਾਵ ਤੋਂ ਗੁਰੂ ਸਾਹਿਬ ਦੀ ਜਿਹੜੀ ਸ਼ਤਾਬਦੀ ਹੈ, ਜਨਮ ਸ਼ਤਾਬਦੀ ਹੈ, ਇਹ ਮਨਾ ਰਹੇ ਆ। ਅਤੇ ਇਸ ਮੌਕੇ 'ਤੇ ਜੋ ਯੂਨੀਵਰਸਿਟੀ ਵੱਲੋਂ ਲਗਭਗ ਪਿਛਲੇ ਇੱਕ ਸਾਲ ਤੋਂ ਜਿੰਨੇ ਵੀ ਪ੍ਰੋਗਰਾਮ ਕੀਤੇ ਜਾ ਰਹੇ ਹਨ, ਘੱਟੋ ਘੱਟ 10 ਦੇ ਕਰੀਬ ਕਾਨਫਰੰਸਿਸ ਕੀਤੀਆਂ ਗਈਆਂ ਹਨ ਅਤੇ ਗੁਰੂ ਨਾਨਕ ਦੇਵ ਜੀ ਸੰਬੰਧੀ, ਗੁਰਬਾਣੀ ਸੰਬੰਧੀ ਸੈਮੀਨਾਰ ਕੀਤੇ ਗਏ ਹਨ। ਉਹ ਸਾਰੇ ਸੈਮੀਨਾਰ ਅਤੇ ਪ੍ਰੋਗਰਾਮ ਜਿਹੜੇ ਸੀ ਉਹ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਨ। ਅਤੇ ਇਹ ਲੜੀ ਲਗਭਗ ਇੱਕ ਸਾਲ ਤੱਕ, ਅਸੀਂ ਹੋਰ ਅਗਲੇ ਪ੍ਰਕਾਸ਼ ਪੁਰਬ ਤੱਕ ਇਹ ਲੜੀ ਇਸ ਤਰ੍ਹਾਂ ਅਸੀਂ ਜਾਰੀ ਰੱਖਾਂਗੇ। ਅਤੇ ਇਸ ਸਮੇਂ ਦੌਰਾਨ ਅਸੀਂ ਜੋ ਮਹੱਤਵਪੂਰਨ ਜੋ ਕਦਮ ਲਏ ਹਨ ਉਹ ਇਹ ਹਨ ਕਿ ਇੱਕ ਤਾਂ ਅਸੀਂ ਫੈਸਲਾ ਲਿਆ ਹੈ ਯੂਨੀਵਰਸਿਟੀ ਪੱਧਰ 'ਤੇ ਕਿ ਆਪਣੇ ਸਾਰੇ ਵਿਦਿਆਰਥੀਆਂ ਨੂੰ ਇੱਕ ਛੋਟਾ ਜਿਹਾ ਪੇਪਰ ਗੁਰਬਾਣੀ ਦੀ ਸੰਥਿਆ ਬਾਰੇ, ਗੁਰਬਾਣੀ ਦੇ ਜੋ ਅਰਥ ਭਾਵ ਹਨ ਉਹਦੇ ਬਾਰੇ ਅਸੀਂ ਬੱਚਿਆਂ ਨੂੰ ਜਾਗਰੂਕ ਕਰੀਏ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਸ਼ੁਭ ਅਮਲਾਂ ਵਾਜੋ ਦੋਨੇ ਰੋਈ। ਤੋ ਸ਼ੁਭ ਅਮਲ ਜਿਹੜੇ ਬੇਸਿਕਲੀ ਜੋ ਅਸੀਂ ਗੁਰਬਾਣੀ ਪੜ੍ਹਦੇ ਹਾਂ, ਆਮ ਤੌਰ 'ਤੇ ਸਾਡਾ ਜਿਹੜਾ ਹਿਸਾਬ ਕਿਤਾਬ ਆ ਉਹ ਮੰਤਰਾਂ ਵਾਲਾ ਹੋ ਗਿਆ ਆ, ਮੰਤਰਾਂ ਦੀ ਤਰ੍ਹਾਂ ਅਸੀਂ ਉਚਾਰਦੇ ਹਾਂ ਅਤੇ ਗੁਰਬਾਣੀ ਦੇ ਅਸਲ ਭਾਵ ਨੂੰ ਸਮਝ ਨਹੀਂ ਪਾਉਂਦੇ। ਅਤੇ ਜਿਹੜਾ ਉਹ ਸ਼ਬਦ ਦਾ ਕੰਸੈਪਟ ਦਿੱਤਾ ਸੀ ਗੁਰੂ ਸਾਹਿਬ ਨੇ, ਉਸ ਕੰਸੈਪਟ ਤੋਂ ਅਸੀਂ ਦੂਰ ਹਾਂ ਕਿਉਂਕਿ ਸਾਨੂੰ ਗੁਰਬਾਣੀ ਦੇ ਅਰਥਾਂ ਦੀ ਸਮਝ ਨਹੀਂ ਆਉਂਦੀ। ਤੋ ਉਸ ਦਿਸ਼ਾ ਦੇ ਵਿੱਚ ਅਸੀਂ ਸਾਰੇ ਆਪਣੇ ਸਟਾਫ ਨੂੰ ਅਤੇ ਸਾਰੇ ਵਿਦਿਆਰਥੀਆਂ ਨੂੰ ਅਸੀਂ ਇਸ ਸਮੈਸਟਰ ਦੇ ਇੱਕ ਪੇਪਰ ਸ਼ੁਰੂ ਕੀਤਾ ਹੈ, ਗੁਰਬਾਣੀ ਦੀਆਂ ਜੋ ਨਿਤਨੇਮ ਦੀਆਂ ਬਾਣੀਆਂ ਹਨ ਉਹਨਾਂ ਦੇ ਸ਼ਬਦ ਅਰਥ ਜਿਹੜੇ ਬੱਚਿਆਂ ਨੂੰ ਕਰਾਏ ਜਾਣ। ਅਤੇ ਉਹ ਅਸੀਂ ਇੱਕ ਜਿਹੜੀ ਕੋਸ਼ਿਸ਼ ਹੈ ਨਿਰੰਤਰ ਜਾਰੀ ਰੱਖਾਂਗੇ। ਅਤੇ ਅਸੀਂ ਸਾਡੀ ਆਪਣੀ ਇਹ ਕੋਸ਼ਿਸ਼ ਹੈ ਕਿ ਹਰ ਇੱਕ ਬੱਚਾ ਜੋ ਸਾਡੇ ਕੋਲ ਦਾਖਲ ਹੁੰਦਾ ਆ ਉਹਨੂੰ ਕਿਸੇ ਨਾ ਕਿਸੇ ਸਮੈਸਟਰ ਦੇ ਵਿੱਚ ਇਹ ਇੱਕ ਪੜ੍ਹਾਇਆ ਜਾਵੇ ਪੇਪਰ। ਅਤੇ ਇੱਕ ਪੇਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਮੁੱਢਲੀ ਜਾਣਕਾਰੀ ਕਿ ਕਿਹਨਾਂ ਕਿਹਨਾਂ ਭਗਤਾਂ ਦੀ ਬਾਣੀ ਉਹ 'ਚ ਦਰਜ ਆ, ਬਾਣੀ ਦਾ ਮੇਨ ਭਾਵ ਕੀ ਆ, ਇੱਕ ਪੇਪਰ ਅਸੀਂ ਬੱਚਿਆਂ ਨੂੰ ਉਹ ਵੀ ਸ਼ੁਰੂ ਕਰ ਰਹੇ ਹਾਂ ਅਗਲੇ ਸਮੈਸਟਰ ਤੋਂ, ਤਾਂ ਕਿ ਬੱਚੇ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ, ਜੋ ਸਾਡੀਆਂ ਕਦਰਾਂ ਕੀਮਤਾਂ ਅਸੀਂ ਦੇਖਦੇ ਹਾਂ ਰੋਜ਼ ਅਖਬਾਰਾਂ ਦੇ ਵਿੱਚ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਕ੍ਰਾਈਮ ਵੱਧ ਰਿਹਾ ਆ ਅਤੇ ਲੁੱਟਮਾਰ ਵੱਧ ਰਹੀ ਆ, ਰਿਸ਼ਤੇ ਜਿਹੜੇ ਉਹ ਤਾਰੋ ਤਾਰ ਹੋ ਰਹੇ ਆ, ਤਾਂ ਇਸ ਟਾਈਮ 'ਤੇ ਗੁਰੂ ਨਾਨਕ ਦੇਵ ਜੀ ਦੀ ਜਾਂ ਬਾਕੀ ਗੁਰੂ ਸਾਹਿਬਾਨ ਦੀ, ਭਗਤ ਸਾਹਿਬਾਨ ਦੀ ਬਾਣੀ ਜਿਹੜੀ ਆ ਉਹ ਸਾਨੂੰ ਸਾਰਥਕ ਸੇਧ ਦੇ ਸਕਦੀ ਆ। ਔਰ ਉਸੇ ਦਿਸ਼ਾ ਦੇ ਵਿੱਚ ਅਸੀਂ ਇਹ ਜਿਹੜੇ ਦੋ ਪੇਪਰ ਆ ਉਹ ਵਾਧੂ ਵਿਸ਼ੇ ਦੇ ਤੌਰ 'ਤੇ ਸ਼ੁਰੂ ਕਰ ਰਹੇ ਹਾਂ, ਕਰ ਦਿੱਤੇ ਇੱਕ ਤਾਂ ਜਿਹੜਾ ਗੁਰਬਾਣੀ ਵਾਲਾ ਅਤੇ ਦੂਜਾ ਪੇਪਰ ਅਗਲੇ ਸਮੈਸਟਰ ਸਾਡਾ ਸ਼ੁਰੂ ਹੋ ਜਾਏਗਾ। ਜੀ, ਬਿਲਕੁਲ। ਸੋ ਬਿਲਕੁਲ ਸਹੀ ਗੱਲ ਹੈ ਕਿ ਅਗਰ ਸਾਡੇ ਸਮਾਜ ਦੇ ਵਿੱਚ ਜੋ ਸਾਡੇ ਨੌਜਵਾਨ ਨੇ ਅਗਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਤਾਂ ਸਾਡਾ ਸਮਾਜ ਇੱਕ ਬਿਹਤਰ ਸਮਾਜ ਦੇ ਤੌਰ 'ਤੇ ਯਕੀਨਨ ਅੱਗੇ ਵਧੇਗਾ। ਅਗਰ ਅਸੀਂ ਗੱਲ ਕਰਦੇ ਹਾਂ ਸਾਡੇ ਯੂਥ ਦੀ, ਨੌਜਵਾਨਾਂ ਦੀ ਹੀ, ਤਾਂ ਅੱਜ ਕੱਲ੍ਹ ਇੱਕ ਮੁੱਦਾ ਚੱਲ ਰਿਹਾ ਪੰਜਾਬੀ ਮਾਂ ਬੋਲੀ ਨੂੰ ਲੈ ਕੇ।
ਅਗਰ ਅਸੀਂ ਸਟੂਡੈਂਟਸ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ, ਨੌਜਵਾਨਾਂ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ, ਅਗਰ ਉਹਨਾਂ ਨੇ ਅੱਗੇ ਵਧਣਾ, ਪੰਜਾਬ ਤੋਂ ਬਾਹਰ ਜਾ ਕੇ ਵੀ ਕੰਮ ਕਰਨਾ, ਤਾਂ ਅਦਰ ਲੈਂਗੁਏਜ ਦਾ ਵੀ ਪਤਾ ਹੋਣਾ ਬਹੁਤ ਜ਼ਰੂਰੀ ਹੈ। ਤਾਂ ਕਿਸ ਤਰੀਕੇ ਨਾਲ ਦੇਖਦੇ ਹੋ, ਪੰਜਾਬੀ ਮਾਂ ਬੋਲੀ ਸਾਡੀ ਮਾਂ ਬੋਲੀ ਹੈ, ਉਹਦਾ ਮਾਣ ਵੀ ਜ਼ਰੂਰੀ ਹੈ, ਤਾਂ ਕਿਸ ਤਰੀਕੇ ਨਾਲ ਸਟੂਡੈਂਟਸ ਨੂੰ ਜਾਂ ਯੂਥ ਨੂੰ ਇਸ ਚੀਜ਼ ਨੂੰ ਮੈਨੇਜ ਕਰਨਾ ਚਾਹੀਦਾ? ਪੰਜਾਬੀ ਮਾਂ ਬੋਲੀ ਜਿਹੜੀ ਆ ਉਹ ਬਹੁਤ ਹੀ ਸਾਡੇ ਵਾਸਤੇ ਸਤਿਕਾਰਤ ਆ। ਇੱਕ ਤਾਂ ਸਭ ਤੋਂ ਵੱਡਾ ਜਿਹੜਾ ਕਾਰਨ ਆ ਕਿ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਆ, ਸਾਡੇ ਇਸ਼ਟ ਆ, ਉਹਨਾਂ ਦੀ ਜਿਹੜੀ ਰਚਨਾ ਆ ਉਹ ਪੰਜਾਬੀ ਬੋਲੀ ਦੇ ਵਿੱਚ ਹੈ। ਇਸ ਕਰਕੇ ਜਿਹੜੇ ਸਾਡੇ ਤੌਖਲੇ ਹੋ ਜਾਂਦੇ ਕਈ ਵਾਰੀ ਕਿ ਪੰਜਾਬੀ ਬੋਲੀ ਅਲੋਪ ਹੋ ਜਾਏਗੀ, ਉਹ ਸ਼ਾਇਦ ਸੱਚ ਨਹੀਂ ਹੈ, ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਦੀ ਆ ਬਾਣੀ ਆ, ਤਾਂ ਜਦੋਂ ਤੱਕ ਗੁਰੂ ਨਾਨਕ ਨਾਮ ਲੇਵਾ ਸਿੱਖ ਜਿਹੜੇ ਹੈਗੇ ਆ, ਉਦੋਂ ਤੱਕ ਪੰਜਾਬੀ ਜਿਹੜੀ ਆ ਉਹ ਮਰ ਨਹੀਂ ਸਕਦੀ। ਪਰ ਸਾਨੂੰ ਪੰਜਾਬੀ ਦੇ ਵਿਕਾਸ ਵਾਸਤੇ ਵੀ ਕੰਮ ਕਰਨਾ ਚਾਹੀਦਾ ਹੈ, ਸਾਡੀ ਨੌਜਵਾਨ ਪੀੜ੍ਹੀ ਆ, ਕਿਉਂਕਿ ਆਮ ਤੌਰ 'ਤੇ ਇਹ ਲੱਗਦਾ ਹੈ ਕਈ ਵਾਰੀ ਸਾਡੇ 'ਚ ਇਸ ਤਰ੍ਹਾਂ ਦੀ ਭਾਵਨਾ ਆ ਜਾਂਦੀ ਆ ਕਿ ਅਸੀਂ ਪੰਜਾਬੀ ਬੋਲਾਂਗੇ ਸ਼ਾਇਦ ਸਾਨੂੰ ਕੋਈ ਬੈਕਵਰਡ ਮੰਨੇਗਾ, ਸਮਝੇਗਾ ਵੀ ਪਤਾ ਨਹੀਂ ਇਹ ਇਹਨੂੰ ਹੋਰ ਕੋਈ ਲੈਂਗੁਏਜ ਆਉਂਦੀ ਨਹੀਂ। ਤਾਂ ਇੰਗਲਿਸ਼ ਨੂੰ ਅਸੀਂ ਸਾਡੀ ਕਿਤੇ ਜ਼ਰੂਰਤ ਵੀ ਹੈ ਕਈ ਜਗ੍ਹਾ 'ਤੇ, ਹਾਇਰ ਐਜੂਕੇਸ਼ਨ ਦੇ ਵਿੱਚ, ਖਾਸ ਕਰਕੇ ਸਾਇੰਸ ਅਤੇ ਇੰਜੀਨੀਅਰਿੰਗ ਦੇ ਸਬਜੈਕਟਸ ਦੇ ਵਿੱਚ, ਪਰ ਉਹਨੂੰ ਕਈ ਵਾਰੀ ਅਸੀਂ ਜ਼ਿਆਦਾ ਐਕਸਪਲੋਇਟ ਕਰ ਲੈਂਦੇ ਹਾਂ ਕਿ ਸਾਡੀ ਜਿਹੜੀ ਪੰਜਾਬੀ ਬੋਲੀ ਆ ਪਤਾ ਨਹੀਂ ਸਾਨੂੰ ਉਹ ਦੇਖਣਾ ਲੱਗੇਗਾ ਵੀ ਅਨਪੜ੍ਹ ਬੰਦਾ ਹੈ। ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਮੈਂ ਤੁਹਾਨੂੰ ਇੱਕ ਮੈਂ ਪੜ੍ਹ ਰਿਹਾ ਸੀ ਕਿਤੇ ਕਿਤਾਬ, ਤਾਂ ਚਾਈਨੀਜ਼ ਪ੍ਰਾਈਮ ਮਿਨਿਸਟਰ ਹੋਏ ਆ, ਤਾਂ ਉਹ ਕਾਫੀ ਫਲੂਐਂਟ ਸੀ ਇੰਗਲਿਸ਼ ਦੇ ਵਿੱਚ ਵੀ ਅਤੇ ਚਾਈਨੀਜ਼ ਵਿੱਚ ਵੀ। ਤਾਂ ਜਦੋਂ ਵੀ ਕਿਤੇ ਬਾਹਰ ਜਾਂਦੇ ਸੀ ਬੇਸ਼ੱਕ ਉਹ ਇੰਗਲਿਸ਼ ਬੋਲ ਸਕਦੇ ਸੀ, ਪਰ ਉਹ ਹਮੇਸ਼ਾ ਚਾਈਨੀਜ਼ ਜਿਹੜੀ ਆ ਉਹ ਯੂਜ਼ ਕਰਦੇ ਸੀ ਆਪਣੀ। ਤਾਂ ਕਿਸੇ ਨੇ ਉਹਨੂੰ ਕੁਐਸਚਨ ਕੀਤਾ ਕਿ ਤੁਸੀਂ ਚਾਈਨੀਜ਼ ਕਿਉਂ ਯੂਜ਼ ਕਰਦੇ ਜਦੋਂ ਤੁਹਾਨੂੰ ਕਿ ਇੰਗਲਿਸ਼ ਫਲੂਐਂਟ ਆਉਂਦੀ ਆ, ਅਤੇ ਤੁਹਾਡੇ ਜਿਹੜੇ ਹਮ ਰੁਤਬਾ ਬੈਠੇ ਆ ਉਹ ਵੀ ਇੰਗਲਿਸ਼ ਜਾਣਦੇ ਆ, ਤਾਂ ਤੁਹਾਨੂੰ ਬਿਨਾਂ ਇੰਟਰਪ੍ਰੈਟਰ ਤੋਂ ਕੰਮ ਸਰ ਸਕਦਾ ਆ, ਤਾਂ ਤੁਸੀਂ ਇੱਦਾਂ ਕਿਉਂ ਕਰਦੇ ਆ? ਉਹ ਕਹਿੰਦੇ ਮੈਂ ਦੱਸਣਾ ਚਾਹੁੰਦਾ ਕਿ ਚਾਈਨੀਜ਼ ਜਿਉਂਦੇ ਆ, ਅਤੇ ਅਸੀਂ ਉਹਨਾਂ ਦੀ ਬੋਲੀ ਅਡੋਪਟ ਨਹੀਂ ਕਰਨੀ। ਠੀਕ ਆ, ਆਪਣੀਆਂ ਲੋੜਾਂ ਵਾਸਤੇ ਸਾਨੂੰ ਬੋਲੀ ਜਿਹੜੀ ਆ ਉਹ ਵਰਤਣੀ ਚਾਹੀਦੀ ਆ। ਭਾਸ਼ਾਵਾਂ ਦਾ ਗਿਆਨ ਜਿਹੜਾ ਬਹੁਤ ਵਧੀਆ ਆ, ਕੋਈ ਕੰਪੈਰੇਟਿਵ ਸਟੱਡੀ ਆਫ ਰਿਲੀਜਨਸ ਆ, ਜਾਂ ਤੁਸੀਂ ਕੋਈ ਹੋਰ ਕੰਮ ਕਰਨੇ ਆ, ਕਿਤੇ ਬਾਹਰ ਦੇਸ਼ਾਂ 'ਚ ਜਾਣਾ ਆ, ਘੁੰਮਣਾ ਫਿਰਨਾ ਆ, ਤਾਂ ਤੁਹਾਨੂੰ ਦੂਜੀ ਭਾਸ਼ਾ ਦੀ ਲੋੜ ਪੈਂਦੀ ਆ। ਸੋ ਸਾਰੀਆਂ ਭਾਸ਼ਾਵਾਂ ਜਿਹੜੀਆਂ ਸਤਿਕਾਰਤ ਆ, ਪਰ ਸਾਨੂੰ ਆਪਣੀ ਮਾਂ ਬੋਲੀ ਜਿਹੜੀ ਆ ਉਹਨੂੰ ਉਨੀ ਛੱਡਣਾ ਚਾਹੀਦਾ, ਕਿਉਂਕਿ ਜਿਹੜਾ ਸਾਡਾ ਵਿਰਸਾ ਆ ਅਤੇ ਸਾਡੀ ਵਿਰਾਸਤ ਆ ਉਹਨੂੰ ਸਾਂਭਣਾ ਜਿਹੜੀ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਆ, ਕਿਉਂਕਿ ਇਸ ਵਿਰਾਸਤ ਨੂੰ ਜੇ ਅਸੀਂ ਅੱਗੇ ਲੈ ਕੇ ਜਾਵਾਂਗੇ, ਅੱਜ ਵੀ ਅਸੀਂ ਗੱਲ ਕਰਦੇ ਹਾਂ ਆਪਣੇ ਗੁਰੂ ਸਾਹਿਬਾਨ ਦੇ ਸਮੇਂ ਹੋਏ ਸਿੰਘਾਂ ਦੀਆਂ, ਜਾਂ ਮਿਸਲ ਕਾਲ ਦੇ ਸਮੇਂ ਹੋਏ ਸਿੰਘਾਂ ਦੀਆਂ, ਬਾਬਾ ਬੰਦਾ ਸਿੰਘ ਬਹਾਦਰ ਹੋਏ ਸਿੰਘਾਂ ਦੀਆਂ ਕੁਰਬਾਨੀਆਂ ਦੀ ਗੱਲ ਕਰਦੇ ਹਾਂ, ਅਤੇ ਉਸ ਤਰ੍ਹਾਂ ਦਾ ਜਿਹੜਾ ਵਿਰਸਾ ਅਸੀਂ ਉਹਦੀਆਂ ਗੱਲਾਂ ਕਰਦੇ ਹਾਂ, ਕੱਲ੍ਹ ਨੂੰ ਸਾਡੀ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਅਗਲੀਆਂ ਉਹਨਾਂ ਨੂੰ ਵੀ ਕੋਈ ਚਾਹੀਦਾ ਹੈ ਮਿਸਾਲ ਦੇਣ ਨੂੰ ਕਿ ਸਾਡੇ ਵੱਡਿਆਂ ਨੇ ਇਹ ਕੀਤਾ ਸੀ। ਸੋ ਉਸ ਤਰ੍ਹਾਂ ਦਾ ਜਿਹੜਾ ਵਿਰਸਾ ਨਵਾਂ ਜਿਹੜਾ ਪੈਦਾ ਕਰਨਾ ਅਸੀਂ ਸਾਡੀ ਅਗਲੀਆਂ ਪੀੜ੍ਹੀਆਂ ਵਾਸਤੇ, ਉਹ ਬਹੁਤ ਜ਼ਰੂਰਤ ਆ ਕਿ ਅਸੀਂ ਆਪਣੀ ਜਿਹੜੀ ਮਾਂ ਬੋਲੀ ਆ ਉਹਦੇ ਨਾਲ ਜੁੜੇ ਕਰੀਏ। ਜੀ ਬਿਲਕੁਲ। ਅਤੇ ਜੋ ਆਪਾਂ ਉਹਨਾਂ ਸਟੂਡੈਂਟਸ ਦੀ ਵੀ ਗੱਲ ਕਰ ਲਈਏ ਜੋ ਪਲੱਸ ਵਨ ਪਲੱਸ ਟੂ ਤੋਂ ਬਾਅਦ ਜਦ ਕਾਲਜ ਜਾਂ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈਣ ਲੱਗਦੇ ਨੇ, ਜ਼ਿਆਦਾਤਰ ਸਟੂਡੈਂਟਸ ਵੇਖਦੇ ਨੇ ਕਿ ਅਸੀਂ ਦੇਖੀਏ ਕਿਹੜੇ ਵਿੱਦਿਅਕ ਅਦਾਰੇ ਵਿੱਚ ਸਭ ਤੋਂ ਜ਼ਿਆਦਾ ਸਟੂਡੈਂਟਸ ਨੇ, ਯਾਨੀ ਗਿਣਤੀ ਕਿੱਥੇ ਜ਼ਿਆਦਾ, ਜਦਕਿ ਮੇਨ ਫੋਕਸ ਹੋਣਾ ਚਾਹੀਦਾ ਕਿ ਕੁਆਲਿਟੀ ਕਿੱਥੇ ਜ਼ਿਆਦਾ ਹੈ। ਤਾਂ ਇਹਨਾਂ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਵਾਕਈ ਇਹ ਚੀਜ਼ ਹੈ ਕਿ ਕੁਆਂਟਿਟੀ ਮੈਟਰ ਕਰਦੀ ਹੈ, ਕੁਆਲਿਟੀ ਮੈਟਰ ਨਹੀਂ ਕਰਦੀ? ਇਸ ਤਰ੍ਹਾਂ ਹੈ ਕਿ ਦੇਖੋ, ਦੋ ਤਰ੍ਹਾਂ ਦੀਆਂ ਸੰਸਥਾਵਾਂ ਹੈ। ਇੱਕ ਜਿਹੜੀਆਂ ਸੰਸਥਾਵਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਆ, ਉਹਨਾਂ ਦਾ ਨਾਮ ਬਣ ਚੁੱਕਾ ਆ, ਸੋ ਉੱਥੇ ਵਿਦਿਆਰਥੀ ਕੁਆਲਿਟੀ ਲਈ ਜਾਂਦਾ ਆ, ਅਤੇ ਦੂਜੀਆਂ ਸੰਸਥਾਵਾਂ ਜਿਹੜੀਆਂ ਉੱਭਰ ਰਹੀਆਂ ਆ, ਅੱਛਾ ਕੰਮ ਕਰ ਰਹੀਆਂ ਆ, ਪਰ ਉੱਥੇ ਅੱਜ ਕੱਲ੍ਹ ਜੋ ਬੱਚਿਆਂ ਦਾ ਸਾਡਾ ਰੁਝਾਨ ਹੋ ਗਿਆ ਆ, ਕਿਉਂਕਿ ਬਹੁਤ ਜ਼ਿਆਦਾ ਉਹ ਮੋਬਾਈਲ ਦੇ ਨਾਲ ਰਹਿੰਦੇ ਆ ਹਰ ਵੇਲੇ ਬੱਚੇ, ਜਾਂ ਉਹ ਚਾਹੁੰਦੇ ਆ ਕਿ ਮਨੋਰੰਜਨ ਦੇ ਸਾਧਨ ਸਾਡੇ ਉਸ ਤਰ੍ਹਾਂ ਦੇ ਹੋਣ, ਤਾਂ ਬੇਸਿਕਲੀ ਕਿਤੇ ਨਾ ਕਿਤੇ ਸਾਡੇ ਜਿਹੜੇ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਕਮੀ ਆ ਕਿਤੇ, ਜਾਂ ਸਾਡੀ ਐਜੂਕੇਸ਼ਨ ਵਿੱਚ ਕਮੀ ਆ ਕਿ ਬੱਚਿਆਂ ਨੂੰ ਅਸੀਂ ਆਪਣੀਆਂ ਜਿਹੜੀਆਂ ਐਥੀਕਲ ਵੈਲਿਊਜ਼ ਆ ਉਹਦੇ ਨਾਲ ਜੋੜ ਨਹੀਂ ਪਾ ਰਹੇ, ਅਤੇ ਬੱਚਿਆਂ ਦਾ ਰੁਝਾਨ ਜਿਹੜਾ ਆ ਉਹ ਲੱਚਰ ਗਾਣਿਆਂ ਵੱਲ ਨੂੰ ਜਾਂ ਲੱਚਰ ਸਾਹਿਤ ਵੱਲ ਨੂੰ ਵੱਧਦਾ ਜਾ ਰਿਹਾ ਆ, ਅਤੇ ਜਿਹੜੀਆਂ ਸੰਸਥਾਵਾਂ ਪਿਓਰਲੀ ਕਮਰਸ਼ੀਅਲ ਆ ਉਹ ਬੱਚਿਆਂ ਨੂੰ ਉਸ ਤਰ੍ਹਾਂ ਖੁਸ਼ ਰੱਖਣ ਦਾ ਯਤਨ ਕਰਦੀਆਂ ਆ ਕਿ ਬੱਚਿਆਂ ਨੂੰ ਉਸ ਤਰ੍ਹਾਂ ਦੇ ਸਿੰਗਰਸ ਬੁਲਾ ਦਿੱਤੇ ਜਾਂ ਹੋਰ ਇਸ ਤਰ੍ਹਾਂ ਦੇ ਐਕਟੀਵਿਟੀਜ਼ ਕਰਤੀਆਂ, ਤਾਂ ਬੱਚਿਆਂ ਦਾ ਕਿਸੇ ਨਾ ਕਿਸੇ
ਤੱਕ ਸੌਫਟ ਕੋਰਨਰ ਹੁੰਦਾ ਕਿ ਅਸੀਂ ਉੱਥੇ ਜਾਈਏ, ਉੱਥੇ ਬਹੁਤ ਐਸ਼ ਆ। ਸੋ ਜਿਹੜਾ ਉਸ ਤਰ੍ਹਾਂ ਦਾ ਜਿਹੜਾ ਸਾਡਾ ਸੈਗਮੈਂਟ ਆ, ਮਤਲਬ ਪੜ੍ਹਾਈ ਦੇ ਵਿੱਚ ਮੀਡੀਅਮ ਸੈਗਮੈਂਟ ਆ ਜਿਹੜਾ ਬੱਚਾ, ਉਹ ਬੱਚਾ ਪ੍ਰੈਫਰ ਕਰਦਾ ਕਿ ਇੱਦਾਂ ਦੀ ਸੰਸਥਾਵਾਂ ਜਾਈਏ ਜਿੱਥੇ ਇਸ ਤਰ੍ਹਾਂ ਸਾਨੂੰ ਖੁੱਲ੍ਹ ਹੋਵੇ ਪੂਰੀ। ਪਰ ਉਹ ਖੁੱਲ੍ਹ ਜਿਹੜੀ ਆ, ਕਿਉਂਕਿ ਟੀਨ ਏਜ ਹੁੰਦੀ ਆ, ਇਸ ਏਜ ਦੇ ਵਿੱਚ ਬੱਚੇ ਦੇ ਵਿਗੜਨ ਦੇ ਚਾਂਸ ਜ਼ਿਆਦਾ ਹੁੰਦੇ ਆ, ਤਾਂ ਉੱਥੇ ਜੇ ਥੋੜ੍ਹੀਆਂ ਕੰਟਰੋਲਡ ਜਿਹੜੀਆਂ, ਜਿਹਨਾਂ ਇੱਥੇ ਮਾਹੌਲ ਆ ਸੰਸਥਾਵਾਂ ਦੇ ਵਿੱਚ, ਉੱਥੇ ਬੱਚੇ ਜਾਣ ਤਾਂ ਉਹ ਬੱਚੇ ਵੀ ਗਰੋ ਕਰਦੇ ਆ, ਅਤੇ ਉਹਨਾਂ ਸੰਸਥਾਵਾਂ ਦੇ ਵਿੱਚ ਬੱਚਿਆਂ ਦੀ ਗਰੋਥ ਹੁੰਦੀ ਆ, ਬੱਚਿਆਂ ਦਾ ਨੌਲੇਜ ਵੱਧਦਾ ਆ। ਅਤੇ ਪੇਰੈਂਟਸ ਨੂੰ ਵੀ ਆਮ ਤੌਰ 'ਤੇ ਪੀਅਰ ਪ੍ਰੈਸ਼ਰ ਹੁੰਦਾ ਹੈ, ਬੱਚਿਆਂ ਨੂੰ ਹੁੰਦਾ ਕਿ ਮੇਰਾ ਦੋਸਤ ਉੱਥੇ ਚਲੇ ਗਿਆ, ਮੈਂ ਵੀ ਉੱਥੇ ਜਾਵਾਂ, ਤਾਂ ਉਹ ਇੱਕ ਦੇਖੋ ਦੇਖੀ ਜਿਹੜੀ ਭੇਡ ਚਾਲ ਵਾਲੀ ਸਾਡੀ ਬਿਰਤੀ ਆ ਉਹ ਕੰਮ ਕਰਦੀ ਆ। ਸੋ ਸੰਸਥਾ ਦੀ ਚੋਣ ਕਰਨ ਵੇਲੇ ਉਸ ਸੰਸਥਾ ਦਾ ਮਾਹੌਲ, ਉੱਥੇ ਦੀਆਂ ਵੈਲਿਊਜ਼ ਸਾਰਾ ਸਾਨੂੰ ਦੇਖਣਾ ਚਾਹੀਦਾ ਹੈ, ਤਾਂ ਕਿ ਬੱਚਾ ਜਿਹੜਾ ਆ ਉਹ ਆਪਣੇ ਸਮਾਜ ਦੇ ਵਿੱਚ ਅੱਛਾ ਵਿਚਰੇ। ਜੀ ਜੀ ਬਿਲਕੁਲ। ਅਗਰ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੀ ਹੀ ਗੱਲ ਕਰ ਲਈਏ, ਤਾਂ ਸਟੂਡੈਂਟਸ ਇੱਥੇ ਬਹੁਤ ਵਧੀਆ, ਮਤਲਬ ਅਗਰ ਦੇਖੀਏ ਤੁਹਾਡੀ ਮੋਟਿਵਸ ਬਹੁਤ ਅੱਛੇ ਨੇ, ਸਟੂਡੈਂਟਸ ਨੂੰ ਕੁਆਲਿਟੀ ਸਟੱਡੀ ਦਿੱਤੀ ਜਾਂਦੀ ਹੈ, ਪਰ ਕਿਤੇ ਨਾ ਕਿਤੇ ਸਟੂਡੈਂਟ ਤੁਹਾਨੂੰ ਨਹੀਂ ਲੱਗਦਾ ਕਿ ਵੀ ਇਹ ਫੀਲ ਕਰਦੇ ਨੇ, ਤਾਂ ਇਹ ਲਿਮਿਟੇਸ਼ਨਸ ਹੋ ਜਾਂਦੀਆਂ ਯੂਨੀਵਰਸਿਟੀ ਲਈ ਵੀ ਕਿ ਸਟੂਡੈਂਟਸ ਨੂੰ ਹਰ ਲੈਵਲ 'ਤੇ ਉਸ ਲੈਵਲ 'ਤੇ ਖੁਸ਼ ਨਹੀਂ ਕਰ ਪਾਉਂਦੇ? ਹਾਂ, ਥੋੜ੍ਹੀ ਪ੍ਰੋਬਲਮ ਰਹਿੰਦੀ ਹੈ ਸਾਡੇ, ਜਦ ਕਿ ਬਹੁਤ ਅੱਛਾ ਇੱਥੇ ਅਸੀਂ ਐਟਮੋਸਫੀਅਰ ਸਾਡੇ ਕੋਲ ਹੈ ਕਿ ਹਰ ਇੱਕ ਲਗਭਗ ਧਰਮ ਦੇ ਬੱਚੇ ਸਾਡੇ ਕੋਲ ਪੜ੍ਹ ਰਹੇ ਆ, ਕੋਈ ਇਸ ਤਰ੍ਹਾਂ ਦਾ ਨਹੀਂ ਹੈ ਕਿ ਇਹ ਸਿੱਖਾਂ ਦੀ ਯੂਨੀਵਰਸਿਟੀ ਆ ਅਤੇ ਇਹ ਸਿੱਖਾਂ ਵਾਸਤੇ ਆ। ਸਾਰੇ ਵਿਦਿਆਰਥੀ ਸਾਡੇ ਕੋਲ, ਮੁਸਲਿਮ ਵਿਦਿਆਰਥੀ ਵੀ ਹੈ, ਹਿੰਦੂ ਵਿਦਿਆਰਥੀ ਵੀ ਹਨ, ਅਤੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀ ਜਾਂ ਹੋਰ ਹਰ ਇੱਕ ਜਾਤ ਅਤੇ ਹਰ ਇੱਕ ਖਿੱਤੇ ਤੋਂ ਸਾਡੇ ਕੋਲ ਵਿਦਿਆਰਥੀ ਪੜ੍ਹਦੇ ਆ। ਅਤੇ ਆਪਣੇ ਵੱਲੋਂ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਿਹੜੀਆਂ ਵਿਦਿਆਰਥੀ ਗਤੀਵਿਧੀਆਂ ਆ, ਚਾਹੇ ਉਹ ਅਕੈਡਮਿਕ ਆ ਜਾਂ ਸਹਿ ਅਕਾਦਮਿਕ ਗਤੀਵਿਧੀਆਂ, ਕੋਕਰੀਕੁਲਰ, ਅਤੇ ਸਾਰੀਆਂ ਐਕਟੀਵਿਟੀਜ਼ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਕਿ ਕਰੀਏ, ਜਿਹਨਾਂ ਨਾਲ ਬੱਚਿਆਂ ਨੂੰ ਅਸਲ ਵਿੱਚ ਫਾਇਦਾ ਹੋਵੇ, ਬੱਚਿਆਂ ਦੀ ਡਿਵੈਲਪਮੈਂਟ ਹੋਵੇ, ਤਾਂ ਉਹ ਸਾਡੀ ਕੋਸ਼ਿਸ਼ ਰਹਿੰਦੀ ਆ। ਅਤੇ ਉਹਦੇ ਵਿੱਚ ਅਸੀਂ ਕਾਮਯਾਬ ਵੀ ਹੋਏ ਹਾਂ, ਅਤੇ ਸਾਨੂੰ ਮਾਣ ਆ ਕਿ ਜਿਹੜੇ ਸਾਡੇ ਵਿਦਿਆਰਥੀ ਇੱਥੋਂ ਪੜ੍ਹ ਕੇ ਗਏ ਆ, ਉਹ ਦੇਸ਼ ਅਤੇ ਵਿਦੇਸ਼ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਅੱਗੇ ਖੋਜ ਕਾਰਜ ਕਰ ਰਹੇ ਆ ਜਾਂ ਨੌਕਰੀ ਕਰ ਰਹੇ ਆ, ਅਤੇ ਬਹੁਤ ਅੱਛੀ ਬੱਚੇ ਉਹ ਸੈੱਟ ਹੋਏ ਆ। ਜਿੱਦਾਂ ਨੈਸ਼ਨਲ ਇੰਸਟੀਚਿਊਟ ਆਫ ਮਟੀਰੀਅਲ ਸਾਇੰਸ ਜਪਾਨ ਦੀ ਹੈ, ਜਾਂ ਅਲਬਾਮਾ ਯੂਨੀਵਰਸਿਟੀ ਹੈ USA ਦੇ ਵਿੱਚ, ਕੈਨੇਡਾ ਦੇ ਵਿੱਚ ਹੈ, ਆਸਟ੍ਰੇਲੀਆ ਦੇ ਵਿੱਚ ਹੈ, ਵਿਦ ਫੈਲੋਸ਼ਿਪ ਬੱਚੇ ਸਾਡੇ ਜਿਹੜੇ ਆ ਉਹ ਜਾ ਰਹੇ ਆ, ਅਤੇ ਮਤਲਬ ਬਹੁਤ ਹੀ ਬੱਚਿਆਂ ਨੇ ਨਾਂ ਕਮਾਇਆ ਆ। ਸਾਡਾ ਫਿਜ਼ੀਓਥਰੈਪੀ ਡਿਪਾਰਟਮੈਂਟ ਹੈ ਯੂਨੀਵਰਸਿਟੀ ਦੇ ਵਿੱਚ, ਡਿਮਾਂਡ ਰਹਿੰਦੀ ਹੈ ਕਿ ਬੱਚੇ ਜਦੋਂ ਸਾਡੇ ਪਾਸ ਆਊਟ ਹੁੰਦੇ ਆ ਉਹ ਤੋਂ ਪਹਿਲਾਂ ਹੀ ਬੱਚਿਆਂ ਦੀ ਪਲੇਸਮੈਂਟ ਹੋ ਜਾਂਦੀ ਆ, ਔਰ ਕੋਈ ਵੀ ਬੱਚਾ ਜਿਹੜਾ ਆ ਉਹ ਵਿਹਲਾ ਨਹੀਂ ਹੈ। ਈਵਨ ਅਸੀਂ ਆਪਣੇ ਯੂਨੀਵਰਸਿਟੀ ਦੇ ਵਿੱਚ ਹੀ ਡੈਮੋਸਟ੍ਰੇਟਰ ਦੀ ਅਪਾਇੰਟਮੈਂਟ ਕਰਨੀ ਸੀ, ਉਹ 'ਚ ਕੁਆਲੀਫਿਕੇਸ਼ਨ BPT ਰੱਖੀ, ਤਾਂ ਉੱਥੇ ਸਾਨੂੰ ਆਪਣਾ ਕੋਈ ਬੱਚਾ ਸਾਡੇ ਨੇ ਅਪਲਾਈ ਨਹੀਂ ਕੀਤਾ, ਕਿਉਂਕਿ ਕਹਿੰਦੇ ਸਾਡੇ ਸਾਰੇ ਬੱਚੇ ਸੈੱਟ ਹੋ ਗਏ ਆ। ਸੋ ਆਪਣੇ ਵੱਲੋਂ ਸਾਡੀ ਕੋਸ਼ਿਸ਼ ਹੈ ਕਿ ਇਸ ਤਰ੍ਹਾਂ ਸਮਾਜ ਵਾਸਤੇ ਵੀ ਕਾਰਜ ਕਰੀਏ। ਜਿਸ ਤਰ੍ਹਾਂ OPD ਹੈ ਸਾਡੇ ਕੋਲ, ਫਿਜ਼ੀਓਥਰੈਪੀ ਦੀ, ਉਹ ਅਸੀਂ ਫ੍ਰੀ OPD ਚਲਾ ਰਹੇ ਹਾਂ 5 ਸਾਲ ਤੋਂ, ਅਤੇ ਉਹਦੇ ਵਿੱਚ ਲਗਭਗ ਡੇਲੀ 70 ਤੋਂ 80 ਮਰੀਜ਼ ਆ ਕੇ ਆਪਣਾ ਚੈੱਕਅਪ ਕਰਾਉਂਦੇ ਆ, ਅਸੀਂ ਉਹ 'ਚ ਕੋਈ ਪੈਸਾ ਚਾਰਜ ਨਹੀਂ ਕਰਦੇ। ਤਾਂ ਡੇਲੀ 2 ਤੋਂ 5 ਜਿਹੜੀ ਅਸੀਂ ਸਾਡੀ ਉਹ ਫ੍ਰੀ OPD ਹੁੰਦੀ ਆ, ਉਹ ਤੋਂ ਬਿਨਾਂ ਅਸੀਂ ਵੱਖ ਵੱਖ ਪਿੰਡਾਂ ਦੇ ਵਿੱਚ, ਵੱਖ ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਫਿਜ਼ੀਓਥਰੈਪੀ ਦੇ ਕੈਂਪ ਲਗਾਉਂਦੇ ਹਾਂ, ਅਤੇ ਉਹ ਜਾਗਰੂਕਤਾ ਪੈਦਾ ਕਰਦੇ ਹਾਂ ਲੋਕਾਂ ਦੇ ਵਿੱਚ ਕਿ ਥੋੜ੍ਹਾ ਦਵਾਈ ਦਾ ਇਸਤੇਮਾਲ ਘੱਟ ਕਰੀਏ, ਕਿਉਂਕਿ ਦਵਾਈ ਸਾਡੀ ਸਿਹਤ ਨੂੰ ਜਿੱਥੇ ਫਾਇਦਾ ਕਰਦੀ ਹੈ ਉੱਥੇ ਨੁਕਸਾਨ ਵੀ ਕਰਦੀ ਆ। ਤੋ ਬਿਨਾਂ ਦਵਾਈ ਤੋਂ ਜਿਹੜੀ ਇੱਕ ਜੋੜਾਂ ਦਾ ਦਰਦ ਆ ਉਹ ਤੋਂ ਰਾਹਤ ਵਾਸਤੇ ਫਿਜ਼ੀਓਥਰੈਪੀ ਜਿਹੜੇ ਬਹੁਤ ਅੱਛਾ ਹੈਗਾ, ਔਰ ਯੂਨੀਵਰਸਿਟੀ ਨੇ ਇੱਕ ਬਹੁਤ ਅੱਛਾ ਨਾਮ ਬਣਾ ਲਿਆ ਆਪਣਾ, ਕਿ ਚੰਗੀਆਂ ਚੰਗੀਆਂ ਫੈਮਿਲੀਜ਼ ਤੋਂ, ਚੰਗੇ ਚੰਗੇ ਸ਼ਹਿਰਾਂ ਤੋਂ, ਚੰਡੀਗੜ੍ਹ ਬਠਿੰਡਾ ਤੱਕ ਜਿਹੜੇ ਲੋਕ ਆ ਇੱਥੇ ਸਾਡੇ ਕੋਲ ਇਲਾਜ ਕਰਾਉਣ ਲਈ ਆਉਂਦੇ ਆ। ਜੀ ਜੀ ਜੀ। ਸੋ ਕਾਫੀ ਪੋਜ਼ਿਟਿਵ ਚੀਜ਼ਾਂ, ਕਾਫੀ ਸਮਾਜ ਲਈ ਉਸਾਰੂ ਚੀਜ਼ਾਂ ਜੋ ਕੀਤੀਆਂ ਜਾਂਦੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵੱਲੋਂ, ਅਤੇ ਅਸੀਂ ਵੀ ਸਮੇਂ ਸਮੇਂ 'ਤੇ ਜੋ ਹੈ ਸਾਰੀਆਂ ਐਕਟੀਵਿਟੀਜ਼ ਜ਼ਰੂਰ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ, ਕਿਉਂਕਿ ਇੱਕ ਚੰਗੇ ਕੰਮ ਨੂੰ ਸਮਾਜ ਤੱਕ ਪਹੁੰਚਾਉਣਾ ਬਹੁਤ ਚੰਗੀ ਗੱਲ ਹੁੰਦੀ ਹੈ, ਤਾਂ ਕਿ ਸਾਡਾ ਸਮਾਜ ਵੀ ਉਹਨਾਂ ਚੀਜ਼ਾਂ ਨੂੰ ਦੇਖੇ ਅਤੇ ਉਹਨਾਂ ਚੀਜ਼ਾਂ ਉੱਪਰ ਚੱਲਣਾ ਸਿੱਖੇ, ਤਾਂ ਕਿ ਸਾਡਾ ਸਮਾਜ ਇੱਕ ਬਿਹਤਰ ਸਮਾਜ, ਇੱਕ ਵਧੀਆ ਸਮਾਜ
ਸਮਾਜ ਬਣ ਸਕੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਜਾਂਦੇ ਜਾਂਦੇ ਇੱਕ ਲਾਸ ਸੁਨੇਹਾ ਜ਼ਰੂਰ ਲੈਣਾ ਚਾਹਾਂਗੇ ਕਿ ਆਪਣੇ ਵਾਤਾਵਰਣ ਨੂੰ ਅਗਰ ਦੇਖੀਏ, ਬਹੁਤ ਹੀ ਇੱਕ ਸਟੇਜ ਇਸ ਤਰ੍ਹਾਂ ਦੀ ਆ ਚੁੱਕੀ ਹੈ ਕਿ ਅਗਰ ਆਉਣ ਵਾਲੀ ਪੀੜ੍ਹੀ ਦੀ ਗੱਲ ਕਰੀਏ, ਉਹਨਾਂ ਲਈ ਬਹੁਤ ਮੁਸ਼ਕਿਲ ਹੋਣ ਵਾਲੀ ਹੈ। ਵਾਤਾਵਰਣ ਦੀ ਸੰਭਾਲ ਦੇ ਲਈ ਕਿਸ ਤਰ੍ਹਾਂ ਦੀ ਸੰਭਾਲ ਲਈ ਕਿਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਆਉਣ ਵਾਲੇ ਟਾਈਮ ਵਿੱਚ, ਇੱਕ ਸੁਨੇਹਾ ਚਾਹਾਂਗੇ। ਹਾਂਜੀ, ਇਸ ਮਾਮਲੇ ਦੇ ਵਿੱਚ ਵੀ ਜੇ ਅਸੀਂ ਗੱਲ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਆ, ਜਪਜੀ ਸਾਹਿਬ ਆ, ਉਹਦੇ ਤੋਂ ਬਹੁਤ ਵਧੀਆ ਸੇਧ ਲੈ ਸਕਦੇ ਹਾਂ ਕਿ ਗੁਰੂ ਸਾਹਿਬ ਨੇ ਜੋ ਸਾਨੂੰ ਸਿਧਾਂਤ ਦਿੱਤਾ ਹੈ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹ ਜੋ ਹੈ ਗੁਰੂ ਸਾਹਿਬ ਦਾ ਜਿਹੜਾ ਕੰਪੇਅਰ ਕਰਨ ਦੇ ਦੋ ਤਰ੍ਹਾਂ ਦੇ ਮੋਟਿਵ ਸੀ। ਇੱਕ ਤਾਂ ਹੈ ਕਿ ਸਾਡੇ ਕੋਲ ਜਿਹੜੇ ਮਾਤਾ ਪਿਤਾ ਆ ਸਾਡੇ, ਜਾਂ ਗੁਰੂ ਆ, ਸਾਡੇ ਸਭ ਤੋਂ ਵੱਧ ਸਤਿਕਾਰਤ ਹੁੰਦੇ ਆ, ਮਾਤਾ ਪਿਤਾ ਸਤਿਕਾਰਤ ਹੁੰਦੇ ਆ, ਜੇ ਅਸੀਂ ਇਹਨਾਂ ਨੂੰ ਆਪਣੇ ਜੋ ਸਾਡੇ ਜ਼ਰੂਰੀ ਸਾਡੇ ਜੀਵਨ ਲਈ ਹੈ, ਧਰਤੀ 'ਤੇ ਸਾਡੀ ਫਸਲ ਉੱਗਣੀ ਆ ਅਤੇ ਸਾਹ ਲੈਣਾ, ਅਸੀਂ ਪਾਣੀ ਲੈਣਾ ਆ, ਤਾਂ ਉਸ ਕਰਕੇ ਗੁਰੂ ਸਾਹਿਬ ਨੇ ਕੰਪੈਰੀਜ਼ਨ ਕੀਤਾ ਉਹਦਾ ਇਹਨਾਂ ਰਿਸ਼ਤਿਆਂ ਨਾਲ, ਤਾਂ ਕਿ ਉਹਨਾਂ ਦੀ ਅਸੀਂ ਰਿਸਪੈਕਟ ਕਰਦੇ ਹੋਏ, ਇਹਨਾਂ ਜਿਹੜੇ ਤਾਤਿਆ ਧਰਤੀ ਦੇ ਵਿੱਚ ਸਾਨੂੰ ਜ਼ਰੂਰੀ ਆ, ਉਹਨਾਂ ਦੀ ਅਸੀਂ ਰਿਸਪੈਕਟ ਕਰੀਏ। ਦੂਜਾ ਸੀ ਕਿ ਕੰਪੈਰੀਜ਼ਨ ਦਾ ਇੱਕ ਹੋਰ ਵੀ ਲੌਜਿਕ ਸੀ ਕਿ ਜਿਸ ਤਰ੍ਹਾਂ ਪਵਣ ਗੁਰੂ ਸਾਹ ਤੋਂ ਬਿਨਾਂ ਅਸੀਂ ਇੱਕ ਸੈਕਿੰਡ ਵੀ ਜਿਉ ਨਹੀਂ ਸਕਦੇ, ਇਸ ਤਰ੍ਹਾਂ ਗੁਰੂ ਸਾਹਿਬ ਨੇ ਦੱਸਿਆ ਕਿ ਸਾਨੂੰ ਇਸ ਤਰ੍ਹਾਂ ਹੀ ਜਿਹੜਾ ਗੁਰੂ ਤੋਂ ਬਿਨਾਂ ਜਿਸ ਤਰ੍ਹਾਂ ਅਸੀਂ ਜੀ ਨਹੀਂ ਸਕਦੇ, ਹਵਾ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ, ਇਸ ਤਰ੍ਹਾਂ ਹੀ ਗੁਰੂ ਜਿਹੜਾ ਆ, ਗੁਰੂ ਤੋਂ ਬਿਨਾਂ ਸਾਡਾ ਜੀਵਨ ਜਿਹੜਾ ਵਿਅਰਥ ਆ, ਅਸੀਂ ਕਿਸੇ ਪਾਸੇ ਚੰਗੀ ਸੇਧ ਨਹੀਂ ਲੈ ਸਕਦੇ, ਤਾਂ ਉਸ ਤਰ੍ਹਾਂ ਦਾ ਕੰਪੈਰੀਜ਼ਨ ਕੀਤਾ ਆ। ਪਿਤਾ ਕੋਲ ਜਿਹੜੀ ਹੈ ਉਹ ਪੈਦਾ ਕਰਨ ਦੀ ਸ਼ਕਤੀ ਹੈ, ਤਾਂ ਇਸ ਤਰ੍ਹਾਂ ਹੀ ਪਾਣੀ ਆ ਕਿ ਜਿੱਤ ਹਰਿਆ ਸਭ ਕੋਏ, ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ, ਧਰਤੀ ਮਾਤਾ ਆ, ਧਰਤੀ ਮਾਤਾ ਜਿਸ ਤਰ੍ਹਾਂ ਮਾਤਾ ਦੇ ਵਿੱਚ ਜਨਨ ਸ਼ਕਤੀ ਹੈ, ਧਰਤੀ ਦੇ ਵਿੱਚ ਜਨਨ ਸ਼ਕਤੀ ਹੈ ਕਿ ਉਹ ਬੀਜ ਜਿਹੜੇ ਆ ਵੱਖਰੀ ਵੱਖਰੀ ਗ੍ਰੇਨਸ ਆ ਸਾਡੇ ਉਹ ਉਗਾਉਂਦੀ ਆ ਅਤੇ ਜਿਹਨਾਂ ਸਾਨੂੰ ਖਾਣਾ ਮਿਲਦਾ ਆ। ਸੋ ਉਹ ਦੋਨੇ ਕੰਸੈਪਟ ਲੈ ਕੇ ਗੁਰੂ ਸਾਹਿਬ ਨੇ ਜਿਹੜਾ ਉਹ ਰਚਨਾ ਕੀਤੀ ਆ ਇਹ ਬਾਣੀ ਦੀ, ਤਾਂ ਸਾਨੂੰ ਉਹ 'ਤੇ ਪਹਿਰਾ ਦੇਣ ਦੀ ਲੋੜ ਆ, ਕਿਉਂਕਿ ਜਿਸ ਤਰ੍ਹਾਂ ਅਸੀਂ ਅੱਜ ਦੇਖਦੇ ਹਾਂ ਕਿ ਸਾਡੇ ਜਿਹੜਾ ਨੌਜਵਾਨ ਬੱਚੇ ਆ ਉਹ ਬਹੁਤ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ, ਉਹਨਾਂ ਨੂੰ ਪ੍ਰੋਪਰ ਸਾਹ ਵਾਸਤੇ ਸਾਫ਼ ਹਵਾ ਨਹੀਂ ਮਿਲ ਰਹੀ, ਪੀਣ ਵਾਸਤੇ ਸਾਫ਼ ਪਾਣੀ ਨਹੀਂ ਮਿਲ ਰਿਹਾ, ਤਾਂ ਇੱਕ ਬਹੁਤ ਵੱਡੀ ਲੋੜ ਆ ਕਿ ਅਸੀਂ ਜਿਹੜੀ ਆ ਵਾਤਾਵਰਣ ਨੂੰ ਸੰਭਾਲਣ ਵਾਸਤੇ ਕਾਰਜ ਕਰੀਏ। ਉਹਦੇ ਲਈ ਦੋ ਤਿੰਨ ਮੁੱਦੇ ਹੈ, ਇੱਕ ਤਾਂ ਹੈ ਕਿ ਪਲਾਸਟਿਕ ਦਾ ਦੀ ਵਰਤੋਂ ਘੱਟ ਤੋਂ ਘੱਟ ਕਰੀਏ, ਕਿਉਂਕਿ ਜੋ ਪਲਾਸਟਿਕ ਆ ਇਹ 400 ਸਾਲ ਤੱਕ ਗਲਦਾ ਨਹੀਂ ਹੈ, ਤਾਂ ਇੱਕ ਐਸਟੀਮੇਟ ਹੈ ਕਿ ਜੇ ਅਸੀਂ ਪਲਾਸਟਿਕ ਦੇ ਅੱਜ ਕੰਟਰੋਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਧਰਤੀ ਜਿਹੜੀ ਆ ਉਹ ਪਲਾਸਟਿਕ ਨਾਲ ਕਵਰ ਹੋ ਜਾਏਗੀ ਅਤੇ ਸਾਡੇ ਕੋਲ ਫਸਲਾਂ ਉਗਾਉਣ ਲਈ ਜਗ੍ਹਾ ਨਹੀਂ ਬਚੇਗੀ। ਅਤੇ ਇਸੇ ਤਰ੍ਹਾਂ ਪਾਣੀ ਆ, ਪਾਣੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਡੇ ਜਿਹੜੀ ਇੰਡਸਟਰੀਜ਼ ਆ ਉਹਨਾਂ ਦਾ ਜੋ ਹੈਗਾ ਆ ਵੇਸਟ ਉਹ ਜਾ ਰਿਹਾ ਆ, ਇਸ ਤਰ੍ਹਾਂ ਹੀ ਘਰਾਂ ਦਾ ਵੇਸਟ ਜਿਹੜਾ ਸੀ ਉਹ ਨਦੀਆਂ ਨਾਲਿਆਂ 'ਚ ਪਾ ਰਹੇ ਹਾਂ, ਅਤੇ ਉਹਦੇ ਨਾਲ ਜਿਹੜੀ ਇਹ ਪੋਲਿਊਸ਼ਨ ਬਹੁਤ ਫੈਲ ਰਹੀ ਆ, ਸਾਡਾ ਪੀਣ ਵਾਲਾ ਪਾਣੀ ਜਿਹੜਾ ਆ ਉਹ ਵੀ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਉਹਦੀ ਘਾਟ ਹੋ ਜਾਣੀ ਆ। ਇਸ ਤਰ੍ਹਾਂ ਫਸਲਾਂ ਵਾਸਤੇ ਪਾਣੀ ਜ਼ਿਆਦਾ ਯੂਜ਼ ਕਰ ਰਹੇ ਹਾਂ ਅਸੀਂ, ਤਾਂ ਉਹਦੇ ਨਾਲ ਕੀ ਆ ਕਿ ਪੰਜਾਬ ਦੇ ਵਿੱਚ 146 ਬਲੋਕ ਟੋਟਲ ਆ, ਅਤੇ ਉਹਦੇ 'ਚੋਂ 117 ਦੇ ਕਰੀਬ ਜਿਹੜੇ ਆ ਉਹ ਡਰਾਈ ਹੋ ਚੁੱਕੇ ਆ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਪਾਣੀ ਦੀ ਸਮੱਸਿਆ ਹੋਣ ਵਾਲੀ ਹੈ। ਅਤੇ ਇਸ ਤਰ੍ਹਾਂ ਹੀ ਜਿਹੜਾ ਹਵਾ ਦਾ ਹਾਲ ਆ, ਹਵਾ ਦੇਖੋ ਆਕਸੀਜਨ ਇੱਕ ਐਸਾ ਹੈਗਾ ਸੋਰਸ ਜਿਹੜਾ ਸਿਰਫ ਪਲਾਂਟਸ ਤੋਂ ਬਣਦੀ ਆ, ਪੌਦੇ ਹੀ ਬਣਾਉਂਦੇ ਆ, ਇਹ ਤੋਂ ਬਿਨਾਂ ਹੋਰ ਕੋਈ ਆਰਟੀਫਿਸ਼ਲ ਮੈਥਡ ਅਜੇ ਤੱਕ ਡਿਵੈਲਪ ਨਹੀਂ ਹੋਇਆ ਜਿੰਨਾ ਆਕਸੀਜਨ ਬਣੇ, ਤਾਂ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਆ, ਜਿੱਥੇ ਵੀ ਸਾਨੂੰ ਜਗ੍ਹਾ ਹੋਏ ਮਿਲੇ ਜਿੱਥੇ ਪੋਸੀਬਿਲਿਟੀ ਹੈ, ਸੋ ਉੱਥੇ ਸਾਨੂੰ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਆ, ਤਾਂ ਕਿ ਜਿਹੜੇ ਸਾਨੂੰ ਸਾਫ਼ ਹਵਾ ਜਿਹੜੀ ਆ ਮਿਲੇ, ਕਿਉਂਕਿ ਜੋ ਕਾਰਬਨ ਡਾਈਆਕਸਾਈਡ ਆ ਉਹਨੂੰ ਅਬਜ਼ੋਰਬ ਸਿਰਫ ਪਲਾਂਟਸ ਨੇ ਕਰਨਾ ਆ। ਅਤੇ ਇੱਕ ਤਾਂ ਦੋ ਕੰਮ ਕਰਦੇ ਆ ਸਾਡੇ ਪੌਦੇ, ਇੱਕ ਤਾਂ ਜਿਹੜੀ ਕਾਰਬਨ ਡਾਈਆਕਸਾਈਡ ਆ ਉਹਨੂੰ ਘਟਾ ਦਿੰਦੇ ਆ, ਜਿਹੜਾ ਗ੍ਰੀਨ ਹਾਊਸ ਇਫੈਕਟ ਦੀ ਗੱਲ ਕਰਦੇ ਹਾਂ ਅਸੀਂ, ਅਤੇ ਦੂਜਾ ਜਿਹੜੀ ਸਾਨੂੰ ਆਕਸੀਜਨ ਮਿਲਦੀ ਆ। ਸੋ ਜੇ ਅਸੀਂ ਆਪਣੀ ਅਗਲੀ ਪੀੜ੍ਹੀਆਂ ਨੂੰ ਸਾਫ਼ ਅਤੇ ਸ਼ੁੱਧ ਹਵਾ ਦੇਣੀ ਆ ਜਾਂ ਚੰਗਾ ਜੀਵਨ ਦੇਣਾ ਚਾਹੁੰਦੇ ਹਾਂ, ਤਾਂ ਸਾਨੂੰ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਆ। ਇਸੇ ਲੜੀ ਦੇ ਵਿੱਚ ਅਸੀਂ ਯੂਨੀਵਰਸਿਟੀ ਦੇ ਵਿੱਚ ਇਸ ਪ੍ਰਕਾਸ਼ ਪੁਰਬ ਦੇ ਮੌਕੇ 550 ਦਰੱਖਤ ਜਿਹੜੇ ਲਗਾ ਚੁੱਕੇ ਹਾਂ,
ਅਤੇ ਸਾਡਾ ਅਗਲੀ ਯੋਜਨਾ ਹੈ ਕਿ ਜਦੋਂ ਬਸੰਤ ਦਾ ਮੌਸਮ ਆਏਗਾ ਤਾਂ ਉਸ ਵੇਲੇ ਅਸੀਂ ਘੱਟੋ ਘੱਟ ਵੀ 2200 ਦਰੱਖਤ ਜਿਹੜੇ ਆ ਉਹ ਲਗਾਵਾਂਗੇ ਤਾਂ ਕਿ ਇੱਕ ਜੰਗਲ ਦੀ ਸ਼ਕਲ ਜਿਹੜੀ ਆ ਉਹ ਮਿਲੇ ਅਤੇ ਉੱਥੇ ਵੱਖ ਵੱਖ ਤਰ੍ਹਾਂ ਦੇ ਪੰਛੀ ਆ ਕੇ ਰਹਿਣ ਤਾਂ ਕਿ ਕੁਦਰਤੀ ਮਾਹੌਲ ਜਿਹੜਾ ਆ ਪੰਛੀਆਂ ਦੇ ਰਹਿਣ ਲਈ ਵੀ ਮਿਲੇ ਅਤੇ ਅਸੀਂ ਕੋਈ ਵਾਤਾਵਰਨ ਵਾਸਤੇ ਦੀ ਸੰਭਾਲ ਵਾਸਤੇ ਕੁਛ ਆਪਣਾ ਯੋਗਦਾਨ ਪਾ ਸਕੀਏ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਬਿਲਕੁਲ, ਸੋ ਅਗਰ ਵਿੱਦਿਅਕ ਅਦਾਰੇ ਹੀ ਵਧੀਆ ਸੋਚ ਲੈ ਕੇ ਚੱਲਣਗੇ ਤਾਂ ਉੱਥੇ ਪੜ੍ਹਨ ਵਾਲੇ ਸਟੂਡੈਂਟਸ ਨੂੰ, ਵਿਦਿਆਰਥੀਆਂ ਨੂੰ ਵੀ ਚੰਗੀ ਸੋਚ ਮਿਲੇਗੀ ਅਤੇ ਅੱਗੋਂ ਜਦੋਂ ਸਮਾਜ ਵਿੱਚ ਵਿਚਰਨਗੇ ਤਾਂ ਉਸੇ ਚੰਗੀ ਸੋਚ ਨੂੰ ਲੈ ਕੇ ਅੱਗੇ ਵਿਚਰਨਗੇ ਤਾਂ ਕਿ ਸਾਡਾ ਸਮਾਜ ਇੱਕ ਵਧੀਆ ਬਿਹਤਰ ਸਮਾਜ ਬਣ ਸਕੇ। ਸੋ ਇਸੇ ਸੋਚ ਦੇ ਨਾਲ ਅੱਗੇ ਵੱਧ ਰਹੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜਿੰਨੇ ਵੀ ਇੱਥੋਂ ਸਟੂਡੈਂਟਸ ਪੜ੍ਹ ਕੇ ਅੱਗੇ ਜਾ ਰਹੇ ਨੇ ਉਹ ਵੀ ਇਸੇ ਸੋਚ ਨੂੰ ਅਪਣਾਉਣ ਅਤੇ ਆਪਣੇ ਸਮਾਜ ਨੂੰ ਇੱਕ ਬਿਹਤਰ ਸਮਾਜ ਬਣਾਉਣ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ। ਵਰਲਡ ਫੂਡ ਵੈਸੇ ਇਸ ਵਾਰ ਦਾ ਜਿਹੜਾ ਥੀਮ, ਪਿਛਲੇ ਸਾਲ ਦਾ ਥੀਮ ਹਾਲੇ ਤੱਕ ਵਰਲਡ ਫੂਡ, ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਵਰਲਡ ਫੂਡ ਡੇ ਕਿਉਂ ਮਨਾਇਆ ਜਾਂਦਾ। UNO ਦੀ ਇੱਕ ਸੰਸਥਾ ਹੈਗੀ FAO, ਫੂਡ ਐਂਡ ਐਗਰੀਕਲਚਰ ਔਰਗਨਾਈਜੇਸ਼ਨ, ਉਹਦੀ ਸਥਾਪਨਾ ਦਿਵਸ ਨੂੰ ਯਾਦ ਕਰਨ ਵਾਸਤੇ ਵਰਲਡ ਫੂਡ ਡੇ ਮਨਾਇਆ ਜਾਂਦਾ। ਇਹਨੂੰ ਮਨਾਉਣ ਦਾ ਵੀ ਇੱਕ ਦਿਲਚਸਪ ਕਿੱਸਾ ਕਿਉਂ ਮਨਾਇਆ ਜਾਂਦਾ ਹੈਗਾ। ਹੰਗਰੀ ਦੇ ਖੇਤੀਬਾੜੀ ਮੰਤਰੀ 1979 ਦੇ ਵਿੱਚ ਜਦੋਂ ਇਹਨਾਂ ਦੀ ਸਥਾਪਨਾ ਦਿਵਸ ਦੇ ਉੱਤੇ UNO 'ਚ ਇਕੱਠੇ ਹੋਏ ਆ, ਉਹਨਾਂ ਨੇ ਦੇਖਿਆ ਕਿ ਬਹੁਤ ਸਾਰੇ ਬੱਚੇ ਮਾਲ ਨਿਊਟ੍ਰੀਸ਼ਨ ਨਾਲ ਮਰ ਰਹੇ ਆ ਜਾਂ ਫੂਡ ਦੀ ਸਕਿਓਰਿਟੀ ਹੈਗੀ ਆ, ਸਕਿਓਰਿਟੀ ਨਹੀਂ ਹੈਗੀ। ਉਹਨਾਂ ਨੇ ਇਸ ਦਿਨ ਨੂੰ ਮਨਾਉਣ ਦਾ ਅਹਿਦ ਲਿਆ ਅਤੇ UNO ਦੇ 150 ਦੇ ਕਰੀਬ ਦੇਸ਼ ਹਰ ਸਾਲ ਇਹਨੂੰ ਮਨਾਉਂਦੇ ਆ। ਪਿਛਲੇ ਵਾਰ ਦਾ ਥੀਮ, ਇਸ ਵਾਰ ਦਾ ਥੀਮ ਹਾਲੇ ਤੱਕ UNO ਨੇ ਨਹੀਂ ਦਿੱਤਾ। ਪਿਛਲੇ ਵਾਰ ਦਾ ਥੀਮ ਸੀਗਾ ਸਾਡੇ ਕਰਮ ਹੀ ਸਾਡਾ ਭਵਿੱਖ ਹਨ। ਵਰਲਡ ਫੂਡ ਡੇ ਵਾਸਤੇ ਬਹੁਤ ਵਧੀਆ ਡਿਪਿਕਟ ਕਰਦਾ ਹੈਗਾ ਇਹ ਕਿ ਸਾਡੇ ਕਰਮ ਹੀ ਸਾਡਾ ਭਵਿੱਖ ਹਨ। ਚੰਗੇ ਕਰਮ ਕਰਾਂਗੇ, ਧਰਤੀ ਨੂੰ ਬਚਾਵਾਂਗੇ, ਫੂਡ ਦੀ ਬਹੁਲਤਾ ਹੋਏਗੀ, ਮਾਲ ਦੀ ਨਿਊਟ੍ਰੀਸ਼ਨ ਨਾਲ ਜਿਹੜੀਆਂ ਮੌਤਾਂ ਬੱਚਿਆਂ ਦੀਆਂ ਘਟਣਗੀਆਂ। ਇਹੋ ਹੀ ਆ ਕਿ ਆਪਾਂ ਵੱਧ ਤੋਂ ਵੱਧ ਅਵੇਅਰਨੈਸ ਫੈਲਾਈਏ, ਦੂਜਿਆਂ ਲੋਕਾਂ ਤੱਕ ਵੱਧ ਤੋਂ ਵੱਧ ਇਹ ਗੱਲ ਜਾਵੇ ਕਿ ਭੋਜਨ ਦੀ ਕਿੰਨੀ ਇੰਪੋਰਟੈਂਸ ਹੈ ਅਤੇ ਔਰਗੈਨਿਕ ਹੋਣਾ ਚਾਹੀਦਾ, ਚੰਗਾ ਖਾਈਏ ਅਤੇ ਚੰਗੀ ਜ਼ਿੰਦਗੀ ਜੀਏ। ਕੀ ਬਣਾਏ ਸੀ ਤੁਸੀਂ? ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਸਿਰਫ ਇਹ ਹੈ ਕਿ ਮੈਨੇ ਰੰਗੋਲੀ ਬਣਾਈ ਸੀ ਜੰਕ ਫੂਡ ਔਰ ਵੈਜੀਟੇਬਲ ਹੈਲਥੀ ਫੂਡ, ਅਤੇ ਉਸ 'ਤੇ ਸਿਰਫ ਇਹ ਮੈਸੇਜ ਸੀ ਕਿ ਜੰਕ ਫੂਡ ਵੱਲ ਜ਼ਿਆਦਾ ਧਿਆਨ ਨਾ ਦਿਓ ਅੱਜ ਕੱਲ੍ਹ, ਕਿਉਂਕਿ ਹਰ ਕੋਈ ਜ਼ਿਆਦਾ ਜੰਕ ਫੂਡ ਖਾਂਦਾ, ਵੈਜੀਟੇਬਲਸ ਕੋਈ ਖਾਂਦਾ ਨਹੀਂ ਹੈ। ਸੋ ਜ਼ਿਆਦਾ ਤੋਂ ਜ਼ਿਆਦਾ ਉਸਨੂੰ ਘੱਟ ਕਰੋ, ਵੈਜੀਟੇਬਲਸ ਔਰ ਹੈਲਥੀ ਫੂਡ ਜ਼ਿਆਦਾ। ਇਸ ਚੀਜ਼ 'ਚ ਪਾਰਟੀਸਪੇਟ ਕੀਤਾ? ਰੰਗੋਲੀ ਕੰਪੀਟੀਸ਼ਨ। ਕਿਹੜੀ ਪੋਜੀਸ਼ਨ ਆਈ ਹੈ ਅਤੇ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ? ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਆਪਾਂ ਨੂੰ ਹੈਲਥੀ ਫੂਡ ਖਾਣਾ ਚਾਹੀਦਾ, ਜਿਹਦੇ ਨਾਲ ਆਪਣੀ ਹੈਲਥ ਵੀ ਸਹੀ ਰਹੇ ਅਤੇ ਮੈਂਟਲ ਹੈਲਥ ਵੀ ਸਹੀ ਰਹੇ। ਉਹਦਾ ਕੀ ਆ, ਆਪਾਂ ਜਲਦੀ ਤੋਂ ਜਲਦੀ ਗੁੱਡ ਐਕਟੀਵਿਟੀਜ਼ ਪਰਫੋਰਮ ਕਰ ਸਕਦੇ ਹਾਂ ਅਤੇ ਆਪਣਾ ਸਟੈਮਿਨਾ ਬਣਿਆ ਰਹਿੰਦਾ। ਥੈਂਕ ਯੂ। ਕੀ ਮੈਸੇਜ ਆਈ ਤੁਹਾਡਾ ਅੱਜ ਦੇ ਵਰਲਡ, ਮਤਲਬ ਕਿ ਵਰਲਡ ਡੇ 'ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਮਾਜ? ਇਹ ਮੈਸੇਜ ਦੇਣਾ ਚਾਹਾਂਗੇ ਕਿ ਹਰ ਕਿਸੇ ਨੂੰ ਨਿਊਟ੍ਰੀਸ਼ੀਅਸ ਫੂਡ ਲੈਣਾ ਚਾਹੀਦਾ, ਕਿਸੇ ਵੀ ਤਰੀਕੇ ਦਾ ਹੋ ਸਕਦਾ, ਕਿਸੇ ਤਰੀਕੇ ਦਾ ਵੀ ਹੋ ਸਕਦਾ, ਮਤਲਬ ਵੈਜੀਟੇਬਲਸ ਸਾਰੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ, ਸੋ ਦੈਟ ਆਪਣਾ ਦੇਸ਼ ਨਾ ਜਿਹੜਾ ਅੱਗੇ ਵੱਧ ਸਕੇ, ਆਪਾਂ ਹੈਲਦੀ ਰਹੀਏ ਤਾਂ ਹੀ ਅੱਗੇ ਵਧਾ ਸਕਦੇ ਹਾਂ। Like a partition between potato and carrots, I have shown that we should eat more fruits and vegetables and avoid the junk food to be healthy. Okay. Thank you.